ਨਮਸਤੇ, ਕਿੱਦਾਂ ਸਾਰੇ? ਤਾਂ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ 'ਤੇ। ਅੱਜ ਆ ਗਿਆ ਫਿਰ ਮਹੀਨੇ ਬਾਅਦ ਵਲੋਗ ਲਾ ਕੇ, ਕਿਉਂਕਿ ਥੋੜ੍ਹਾ ਜਿਹਾ ਬਿਜ਼ੀ ਚੱਲਦਾ ਵੈਸੇ। ਜਦੋਂ ਮੈਂ ਫ੍ਰੀ ਹੋਵਾਂ ਮੇਰਾ ਦਿਲ ਕਰਦਾ ਵਲੋਗ ਬਣਾਉਣ ਦਾ, ਪਰ ਉਹ ਫਿਰ ਫਲੋ ਨਹੀਂ ਰਹਿੰਦਾ ਹੈਗਾ। ਅਤੇ ਹੁਣ ਮੈਂ ਸਟਾਰਟ ਕਰਨ ਲੱਗਾ ਵਲੋਗ ਜਿਮ 'ਤੇ ਹੀ, ਕਿਉਂਕਿ ਹੁਣ ਮੈਂ ਸ਼ਾਮ ਨੂੰ ਵੀ ਜਿਮ 'ਚਲਾਂ ਅਤੇ ਅੱਜ ਜਾਏਗਾ ਦੇਵ, ਅਤੇ ਉੱਥੇ ਥੋੜ੍ਹੀ ਜਿਹੀ ਮੇਰੀ ਕਲਿਪਸ ਬਣਾਏਗਾ ਅਤੇ ਵਲੋਗ ਮੈਂ ਦਿਖਾਵਾਂਗਾ। ਬਾਕੀ ਤਾਂ ਮੈਂ ਇਕੱਲਾ ਹੀ ਜਾਂਦਾ ਹੈਗਾ ਜਿਮ, ਅਤੇ ਤਾਂ ਮੈਂ ਕੁਛ ਵਲੋਗ ਬਣਾ ਨਹੀਂ ਪਾਉਂਦਾ। ਅਤੇ ਦੇਖਦੇ ਅੱਜ ਵਲੋਗ ਕੀ ਹੁੰਦਾ। ਪਹਿਲਾਂ ਤਾਂ ਮੈਂ ਆਇਆ ਕੋਠੇ ਦੇ ਰੂਮ 'ਚ ਏਅਰਪੋਰਟ ਚੱਕਣ। ਗਾਈਸ, ਆਪਣਾ ਸਸਤਾ ਪ੍ਰੀ ਵਰਕਆਊਟ ਕੌਫੀ, ਜਿੰਨਾ ਮਤਲਬ ਪੰਪ ਵਧੀਆ ਆਏਗਾ ਮੈਨੂੰ ਜਾ ਕੇ ਜਿਮ 'ਚ। ਬਾਕੀ ਓਏ ਹੈਲੋ ਕਰ ਦੇ। ਬਾਕੀ ਗਾਈਸ, ਗਰਮੀ ਹੋਣ ਕਾਰਨ ਦੇਖ ਲਓ ਮੇਰੇ ਫੇਸ 'ਤੇ ਕਿੰਨੇ ਪਿੰਪਲ ਹੋ ਗਏ, ਇਸ ਕਰਕੇ ਮੈਂ ਬੀਅਰਡ ਵੀ ਟ੍ਰਿਮ ਕਰ ਦਿੱਤੀ ਹੈ। ਨਹੀਂ ਨਹੀਂ ਓਏ, ਪਿੰਪਲਾਂ ਕਰਕੇ ਕੀਤੀ ਆ। ਬਾਕੀ ਦੇ ਗਾਈਸ ਵੱਡਾ ਹੋ ਗਿਆ ਨਾ, ਆਹ ਦੇਖ ਲਓ ਯਾਰਾ ਮੇਰਾ ਵੱਡਾ ਹੋ ਗਿਆ। ਅਤੇ ਗਾਈਸ, ਬਾਕੀ ਦੇ ਥੋੜ੍ਹਾ ਜਿਹਾ ਮਿਹਨਤੀ ਹੋ ਗਿਆ, ਸਵੇਰੇ 4:30 ਵਜੇ ਉੱਠਦਾ, ਇੰਨਾ ਸਟਰਗਲ ਕਰਦਾ, ਬਹੁਤ ਸਟਰਗਲ ਕਰਦਾ। ਉਹ ਸਾਹਮਣੇ ਖਿੱਟ ਪਈ ਹੈ, ਕ੍ਰਿਕਟ ਦੀ ਟ੍ਰੇਨਿੰਗ ਕਰਨ ਜਾਂਦਾ, ਕ੍ਰਿਕਟਰ ਬਣ ਗਿਆ ਭਾਈ ਸਾਡਾ, ਵੱਡੇ ਵੱਡੇ ਮੈਚ ਖੇਡਦਾ। ਹੁਣ ਕਿੱਥੇ ਬੁਲਾਉਣਾ, ਹੁਣ ਕਿੱਥੇ ਬੁਲਾਉਣਾ। ਇੰਨੀ ਗਰਮੀ ਹੈ, ਓਦਾਂ ਹੀ ਬੰਦਾ ਡਿੱਗ ਜੇ ਜਿਮ ਤੋਂ ਜਾਂਦੇ ਜਾਂਦੇ, ਫਿਰ ਜਿਮ ਜਾਣ ਦੀ ਲੋੜ ਹੀ ਨੀ ਪੈਣੀ। ਮੋਦੀ ਕਿੱਥੇ ਖਲੋਤਾ, ਅੱਧਾ ਮੋਦੀ ਖਲੋਤਾ ਅੱਧਾ। ਬਾਕੀ ਦੇਵ ਜਾਏਗਾ ਬਣਾਏਗਾ ਮੇਰੀ ਕਲਿਪਸ ਵਧੀਆ ਸੋਹਣੀਆਂ ਸੋਹਣੀਆਂ, ਅੱਜ ਦੇਖਦੇ ਕਿੰਨੀ ਦੇਰ ਬਾਅਦ ਵੀਡੀਓ ਵੀ ਬਣਾ ਲੱਗਾ। ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਸੀ, ਮੇਰੇ ਨਾਲ ਪਤਾ ਕੀ ਹੋਇਆ ਸੀ, ਮੈਂ ਜਿਮ ਵੀ ਦੋ ਹਫ਼ਤੇ ਬਾਅਦ ਚੱਲਣਾ ਵਾ, ਕਿਉਂਕਿ ਮੈਂ ਜਦੋਂ ਚੈਸ ਲਾ ਰਿਹਾ ਸੀ ਨਾ, ਮੇਰੇ ਰੋਡ ਡਿੱਗ ਗਈ ਸੀ, ਕਾਫੀ ਰੈਪ ਖਿੱਚ ਲੈਂਦਾ, ਪਰ 80 ਕਿਲੋ ਮੈਂ ਅੱਧਾ ਰੋਡ ਫੜੀ, ਉਹ ਸਿੱਧਾ ਰੋਡ ਥੋੜ੍ਹੀ ਮੋਟੀ ਸੀ, ਸਿੱਧਾ ਪਰਸੀਨਾ ਤਬਦਿਲ ਸੀਗੇ ਮੇਰੇ ਚੈਸਟ 'ਤੇ ਵੱਜੀ। ਉਸ ਤੋਂ ਬਾਅਦ ਜਿਹੜੀ ਮੇਰੀ ਪੇਨ ਹੋਈ, ਉਸ ਤੋਂ ਬਾਅਦ ਮੈਂ ਸਕੈਨ ਵੀ ਕਰਾਈ, ਅਤੇ ਪਰ ਠੀਕ ਸੀ, ਕੁਛ ਨਹੀਂ ਹੋਇਆ, ਬਚਾਅ ਹੋ ਗਿਆ। ਉਸ ਤੋਂ ਬਾਅਦ ਥੋੜ੍ਹਾ ਡਰ ਪੈ ਗਿਆ, ਅਤੇ ਅੱਜ ਜਾ ਕੇ ਫਿਰ ਦੁਬਾਰਾ ਚੈਸਟ ਹੈ, ਦੇਖਦੇ ਹਾਂ ਡਰ ਲੱਗੇਗਾ ਪਰ ਚੱਲ ਲਾਵਾਂਗੇ। ਨਹੀਂ ਦਿਖਾ ਭਾਈ ਦੇ ਜਿਮ, ਜਿਮ ਦੇ ਇੱਕ ਪਛਾਣ ਗਾਣੇ ਲੱਗੇ ਹੁੰਦੇ ਆ ਯਾਰ, ਜਿਮ ਟੁੱਟ ਗਈ ਪੈ ਗਈ ਹਲੇ ਸੁੱਕੀ ਹੱਡੀ, ਬਾਅਦ ਚੋਂ ਉਹਨੂੰ ਪਤਾ ਨਹੀਂ ਕੀ ਹੋਇਆ, ਕੀ ਖਾ ਲੱਗਦਾ ਫਿਰ ਭਾਈਆ। ਸਿਨੇਮੈਟਿਕ ਬਣਾਉਂਦੇ ਆ, ਸਿਨੇਮੈਟਿਕ ਸਿਨੇਮੈਟਿਕ ਬਣਾਉਂਦਾ ਹੋਇਆ, ਚੱਲ ਚੈੱਕ ਕਰੋ ਵਿਊ, ਘਰ ਲੱਭਦਾ ਆਪਣਾ, ਦੇਖੀਏ ਕਿੱਥੋਂ ਲੱਭਣਾ ਘਰ, ਲੱਭ ਸਕਦਾ ਟੀਵੀ ਟਾਵਰ ਇੱਧਰਲੇ ਸਾਈਡ ਹੀ ਹੈ ਘਰ ਆਪਣਾ, ਟੀਵੀ ਟਾਵਰ ਪਹਿਲੀ ਵਾਰੀ ਟੀਵੀ ਟਾਵਰ ਨਹੀਂ ਲੱਭਦਾ ਪਿਆ, ਜਲੰਧਰ ਦਾ ਆਈਫਲ ਟਾਵਰ ਨਹੀਂ ਲੱਭਦਾ ਪਿਆ, ਉਹਨੂੰ ਲੱਭਦਾ ਨਹੀਂ ਪਿਆ ਪਹਿਲੀ ਵਾਰੀ ਇੱਦਾਂ ਹੋਇਆ ਕਰਕੇ ਨਹੀਂ ਲੱਭਦਾ ਪਿਆ। ਹੇ ਤੇ ਗਾਈਸ, ਆਪਾਂ ਆ ਗਏ ਸੱਤੋਂ ਟੋਪ ਤੇ, ਸੱਤੋਂ ਉੱਪਰ ਆਏ ਆ ਆਪਾਂ ਜਿਮ ਦੇ, ਉਧਰ ਕਾਰਡੀਓ ਸੈਕਸ਼ਨ ਹੈ ਤੇ ਇੱਥੇ ਬਾਹਰ ਆਏ ਆ ਉਹਦੀ ਹਵਾ ਲੈਣ ਵਾਸਤੇ। ਬਾਪਾ ਨਿਕਲੀ ਆਏ ਤੂੰ,
ਐ ਪਤਾ ਕਿਹੜਾ ਰੋਡ ਆ ਅੱਛਾ ਸਿੱਧਾ ਕਪੂਰਥਲੇ ਪਹੁੰਚ ਜਾਂਦੇ ਆਪਾਂ ਇੱਕ ਫੋਟੋ ਖਿਚਾ ਰਹੇ ਆ ਗਾਇਸ ਲਾਈਕ ਤੇ ਸਬਸਕ੍ਰਾਈਬ ਕਰ ਦੋ ਆਪਕਾ ਕੁਝ ਸੁਣਾ ਜਾਤਾ ਹੈ ਸਿਰ ਤੇ ਨਾ ਵਰਵਾ ਲਈ ਆਪਣੇ ਚੱਲ ਜਾ ਸਾਈਕਲ ਚਲਾ ਲਾ ਜਿੰਮ ਤੂੰ ਚਲਾ ਲਾ ਨਹੀਂ ਇੱਕ ਸਾਈਕਲ ਚਲਾ ਲਾ ਜਿੰਮ ਨਹੀਂ ਕਿਤੇ ਇੰਨਾ ਪਰਸੀਨਾ ਜਦੋਂ ਜਿੰਮ ਕਰਾਂਗੇ ਤੂੰ ਕਿੰਨਾ ਪਰਸੀਨਾ ਆਏਗਾ ਹੁਣ ਚੱਲੇਗਾ ਸਭ ਤੋਂ ਚੈਸਟ ਲਾ ਥੱਲੇ ਫਿਰ ਲਾਵਾਂਗੇ ਸ਼ੋਲਡਰ ਵੀ ਟ੍ਰਾਈ ਸਭ ਗਾਇਸ ਵਰਕਆਊਟ ਹੋ ਗਿਆ ਕੰਪਲੀਟ ਬਹੁਤ ਟਾਈਮ ਇੱਥੇ ਬਹਿ ਕੇ ਯਾਰ ਕਰਦੇ ਬਹੁਤ ਟਾਈਮ ਬਾਅਦ ਵਰਕਆਊਟ ਕੀਤਾ ਕਿਉਂਕਿ ਕੀਤਾ ਪਹਿਲੇ ਵੀ ਆਪਾਂ ਨੋਰਮਲ ਕਰਦਾ ਸੀ ਪਰ ਇੰਨਾ ਸਹੀ ਅੱਜ ਕੀਤਾ ਅਤੇ ਕਿਉਂਕਿ ਮੇਰੇ ਨਾ ਜਦੋਂ ਚੈਸਟ 'ਤੇ ਡਿੱਗੀ ਨਾ ਰੋਡ ਹਾਲੇ ਵੀ ਮੇਰੀ ਚੈਸਟ ਪੇਨ ਕਰਦੀ ਪਈ ਆ ਤਾਂ ਵੀ ਮੈਂ ਵਰਕਆਊਟ ਸਹੀ ਕੀਤਾ ਆਪਣੇ ਚੈਸਟ ਕੰਪਲੀਟ ਹੋ ਗਈ ਸ਼ੋਲਡਰ ਕੰਪਲੀਟ ਹੋ ਗਈ ਟ੍ਰਾਈਸੈਪ ਨਾਲੇ ਅਤੇ ਬਸ ਡਰ ਨਾ ਆਪਣੀ ਬਸ ਤੇਰੀ ਅੱਖਾਂ ਤੇ ਚਮਕ ਗਈਆਂ ਮੇਰੇ ਤਾਂ ਕੁੱਤੇ ਦੇ ਨਹੀਂ ਚਮਕਦੀਆਂ ਹੁੰਦੀਆਂ ਹਨੇਰੇ 'ਚ ਬਾਕੀ ਘਰ ਜਾ ਕੇ ਗਾਇਸ ਡਾਇਟ ਮੈਂ ਮਤਲਬ ਇੰਨੀ ਖਾਸ ਨਹੀਂ ਲੈ ਰਿਹਾ ਮਤਲਬ ਇੰਨਾ ਮਤਲਬ ਮੈਂ ਰੈਗੂਲਰ ਨਹੀਂ ਜਿੰਮ ਪਹਿਲੇ ਮੈਂ ਰੈਗੂਲਰ ਕਰਦਾ ਸੀ ਹੁਣ ਮੈਨੂੰ ਮੈਂ ਸੈਪਰੇਟ ਰੱਖਿਆ ਹੋਇਆ ਜਿੰਮ ਨੂੰ ਘਰ ਜਾ ਕੇ ਉਹੀ ਸਿੰਪਲ ਡਾਇਟ ਖਾਣੀ ਹੈ ਅਤੇ ਬਸ ਫਿਰ ਵਰਕਆਊਟ ਕੰਪਲੀਟ ਆਪਣਾ ਗਾਇਸ ਬਾਕੀ ਦੱਸੋ ਕਿ ਮੈਨੂੰ ਬੀਅਰਡ ਸਹੀ ਲੱਗਦੀ ਆ ਅਤੇ ਇੱਦਾਂ ਸਹੀ ਲੱਗਦਾ ਬਿਨਾਂ ਬੀਅਰਡ ਤੋਂ ਮਤਲਬ ਟ੍ਰਿਮ ਕੀਤੀ ਹੋਈ ਆ ਅਤੇ ਟ੍ਰਿਮ ਇਸ ਕਰਕੇ ਕੀਤੀ ਹੈ ਕਿ ਮੇਰੇ ਮੂੰਹ 'ਤੇ ਫੇਸ 'ਤੇ ਇੰਨੇ ਕੁ ਪਿੰਪਲ ਹੋ ਗਏ ਸੀ ਨਾ ਗਰਮੀ ਉਦੋਂ ਪਰਸੀਨਾ ਬਹੁਤ ਜ਼ਿਆਦਾ ਮੇਰਾ ਮੂੰਹ ਫੇਸ ਹਾਲਤ ਖਰਾਬ ਹਾਲੇ ਕੱਲ੍ਹ ਪਰਸੇ ਬਹੁਤ ਹਾਲਤ ਖਰਾਬ ਸੀ ਹੁਣ ਤਾਂ ਵੀ ਮਾੜਾ ਮਾੜਾ ਸਹੀ ਹੋ ਗਿਆ ਪੱਛੀ ਪਤਾ ਦੇਖਾ ਆਪਣਾ ਮੂੰਹ ਅੱਜ ਬੋਰ ਹੋ ਗਿਆ ਗਾਈਸ ਹੈ ਬੋਰ ਹੋ ਗਿਆ ਅੱਜ ਮੇਰੇ ਨਾਲ ਟਾਈਮ ਵੇਸਟ ਹੋ ਗਿਆ ਹੁੰਦਾ ਤੂੰ ਤਾਂ ਚਲੀਏ 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 ਲੱਭ ਗਿਆ ਲੈ ਲਿਆ ਵਿੱਚ ਮੈਂ ਸਕੂਲ
ਸਟਾਰਟਿੰਗ ਦੇ ਵਿੱਚ ਆਇਆ ਸੀਗਾ। ਉਸ ਤੋਂ ਬਾਅਦ ਮੈਂ ਟੈਗੋਰ ਇੰਟਰਨੈਸ਼ਨਲ ਟ੍ਰੇਨ ਸੀ। ਚੈੱਕ ਕਰੋ ਬਾਬੇ ਉਹ ਮੱਛੀ ਕੋ, ਚੈੱਕ ਕਰੋ ਬਾਬੇ ਉਹ ਖਾਣਾ ਮੱਛੀ, ਸਪਰਿੰਗ ਰੋਲ ਖਾਣੇ ਆ, ਨਿਊਡਲ ਖਾਣੇ ਆ, ਨਿਊਡਲ ਚੈੱਕ ਕਰੋ ਬਾਬੇ ਉਹ ਮੱਛੀ ਖਾਏਗਾ ਨਿਊਡਲ। ਚਲੋ ਯਾਰ ਮੇਰੇ ਮੇਰੇ ਫਲੈਸ਼ ਪੈਂਦੀ, ਮੈਨੂੰ ਐਕਟਿਵਾ ਚਲਾਉਣ ਦੀ ਆਦੀ ਬ੍ਰੇਕਅਪ ਨਹੀਂ ਹੈਗਾ। ਬੰਦ ਕਰ ਆ ਗਏ ਜਿਮ ਤੋਂ, ਆ ਬਿੰਬੂ ਆ ਗਿਆ ਜਿਮ ਤੇ, ਜੰਪ ਕਰ ਦਿੰਦੇ ਨੇ ਟਸਕਾ। ਅਰੇ ਇਹ ਵਲੋ ਆ ਵਲੋ ਸਾਹਮਣੇ ਜਾਵੇ ਕੂਟ ਬੰਦਾ ਉਹਦਾ ਕਦੀ ਪੁੱਛੇਗਾ ਨਹੀਂ। ਅੰਦਰ ਆ ਚੰਦ ਮੋ ਪਾਇਆ ਸੀਮ ਬਾ ਆ ਗਿਆ ਕਾਕਾ ਤੇ ਬੈਠ ਜਾ। ਪਰ ਉਹ ਦੋ ਚੈਲੰਜਰ ਓਏ ਨਾ ਬੈਠ ਪਿਆ ਲੱਗਦਾ, ਦੋ ਚੈਲੰਜਰ ਬਸ ਹੀ ਉੱਠ ਗਿਆ। ਗੁੱਡ ਮੋਰਨਿੰਗ ਪਹਿਲਾਂ ਤਾਂ ਸਾਰਿਆਂ ਨੂੰ, ਉੱਠਦੇ ਸਾਰ ਹੀ ਮੌਸਮ ਇੰਨਾ ਜ਼ਿਆਦਾ ਬਾਹਰ ਵਧੀਆ ਹੋ ਜਾਂਦਾ, ਕੀ ਦੱਸਾਂ ਅੱਜ ਮੌਸਮ। ਨਾਲੇ ਗਾਈਸ ਹੇਅਰ ਕੱਟ ਕਰਵਾਉਣ ਵਾਲਾ ਵੀ ਹੋ ਗਿਆ, ਬਹੁਤ ਭੈੜੇ ਲੱਗ ਰਹੇ ਆ, ਅਤੇ ਕਰਵਾਵਾਂਗੇ ਦੇਖਦੇ ਹਾਂ। ਅਤੇ ਮੌਸਮ ਦੇਖੋ ਬਾਹਰ, ਅਤੇ ਮੌਸਮ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਹੋ ਗਿਆ, ਅਤੇ ਇਸ ਮੌਸਮ 'ਤੇ ਆਪਾਂ ਚੱਲੇ ਹਾਂ ਬਾਹਰ ਸਵਿਮਿੰਗ ਪੂਲ ਦੇਖਦੇ ਹਾਂ। ਥੋੜ੍ਹੀ ਐਨਰਜੀ ਡਾਊਨ ਆ ਕਿਉਂਕਿ ਉੱਠਿਆ ਹੈਗਾ ਜੀ ਸਾਡੇ, ਮੈਂ ਜਦੋਂ ਗੱਡੀ 'ਚ ਆਏਗਾ ਜੀ ਇੰਨੀ ਜ਼ਿਆਦਾ ਗਰਮੀ ਲੱਗਦੀ ਨਾ, ਪਰਸੀਨੇ ਨਾਲ ਦੇਰ ਦਾ ਵੀ ਕੀ ਜਾਣਾ, ਅਤੇ ਪਰਸੀਨੇ ਨਾਲ ਦੇਰ ਦਾ ਵੀ ਮੂੰਹ ਹੋ ਗਿਆ ਖਰਾਬ, ਅਗਰ ਮੇਰਾ ਤਾਂ ਚੱਲ ਹੈ ਖਰਾਬ। ਮੰਮੀ ਆਉਂਦੇ ਨਹੀਂ ਪਏ ਗਰਮੀ 'ਚ ਪਾ ਦਿੱਤਾ। ਸਵਿਮਿੰਗ ਪੂਲ ਦੀ ਸਲਾਹ ਇਸ ਕਰਕੇ ਬਣੀ ਕਿ ਮੌਸਮ ਬਹੁਤ ਵਧੀਆ ਸੀ, ਅਤੇ ਹੁਣ ਦੇਖੋ ਧੁੱਪ ਪਾਣੀ ਸਟਾਰਟ ਹੋ ਗਈ ਆ, ਹੁਣ ਕੀ ਕਰੀਏ। ਹੈ ਮੱਛੀ ਓਏ ਕਿਆ ਕਰੇ, ਤੂੰ ਤਾਂ ਨਹਾ ਹੀ ਲੈਣਾ, ਰੰਗ ਕਾਲਾ ਹੋਇਆ ਨਹੀਂ ਤੇਰਾ, ਦੁੱਧ ਹੀ ਕਾਲਾ। ਚਲੋ ਕੋਈ ਨਹੀਂ ਗਾਈਸ ਦੇਖਦੇ ਹਾਂ, ਤੁਸੀਂ ਕਿੱਥੇ ਰਹਿ ਗਏ ਸੀ, ਆਪਾਂ ਨਹਾ ਵੀ ਲਿਆ ਦੇਖੋ। ਸਕੂਲ ਦੇ ਅੰਦਰ ਹੀ ਆ ਪੂਲ, ਸਮਰਸੈਟ ਸਕੂਲ, ਆਹ ਦੇਖੋ ਦੇਵ ਇੱਥੇ ਨਾ ਲਈਏ ਨਾ ਗੱਡੀ ਬਾਹਰ ਤੇ ਉੱਪਰ ਨਾ ਲਈਏ ਜਾ ਤੇ ਪੁੱਛ ਕੇ ਆ ਪੂਲ। ਹਾਂ ਛੋਟਾ ਵੱਡਾ ਸਹੀ ਸਕੂਲ ਜੇ ਵਾੜ ਦੀ ਗਾਇਸ ਗੱਡੀ, ਹੁਣ ਮੈਨੂੰ ਨਹੀਂ ਪਤਾ ਕਿੱਥੇ ਕਰਕੇ ਪੂਲ ਆ, ਇੱਧਰ ਜਾਣਾ ਮੇਰੇ ਇੱਧਰ ਨਹੀਂ ਆਈ ਥਿੰਕ, ਉਹ ਦੇ ਖੜੀ ਨਹੀਂ ਆਉਂਦੇ ਕਿੱਥੇ ਆ।
ਉਹ ਬਾਈਕ ਨੀ ਆਉਣਾ ਫਿਰ ਸਹੀ ਡਰਦੇ ਨਹੀਂ ਡੂੰਗਾ ਇੰਗਲਿਸ਼ ਵੇਲੇ ਬੈਠ ਲਾ ਦੂੰਗੇ ਵਾਈਸ ਹੋ ਗਿਆ ਟਾਈਮ ਸਾਡਾ ਵੀ ਇੱਥੋਂ ਵਾਪਸ ਜਾਂਦੀ ਉੱਧਰ ਨੂੰ ਹੈਲੋ ਗਾਈਸ ਟ੍ਰੇਨ ਆਇਓ ਟ੍ਰੇਨ ਟ੍ਰੇਨ ਆਇਓ ਟ੍ਰੇਨ ਬਣਾਈਏ ਬਸ ਦੇ ਆਇਆ ਟ੍ਰੇਨ ਬਣਾਈਏ ਬਣਾਈਏ ਚਲੀਏ ਫਿਰ ਘਰ ਆਇਆ ਆਪਾਂ ਚੱਲੀਏ ਵਾਪਸ ਆਇਆ ਆਇਆ ਘਰ ਚੱਲੀਏ ਤੂੰ ਗੱਲੀ ਰਹੀ ਆਇਆ ਟ੍ਰੇਨ ਬਣਾਈਏ ਚਲੋ ਚਲੀਏ ਬਸ ਨਿਕਲੀਏ ਬਾਹਰ ਨਾਲ ਆ ਆਪਾਂ ਥੱਕ ਗਏ ਆ ਟੈਨਿੰਗ ਹੋ ਗਈ ਆ ਬਹੁਤ ਤਗੜੀ ਮੌਸਮ ਸਹੀ ਪਰ ਧੁੱਪ ਚੜ ਗਈ ਆਹ ਤੇ ਬਾਹਾਂ ਚੱਕ ਕਰ ਮੇਰੀਆਂ ਕਿੰਨਾ ਵਧੀਆ ਨਾ ਇੱਥੇ ਮਜ਼ਾ ਆਇਆ ਨਾ ਫਿਰ ਪਰ ਮਜ਼ਾ ਆਇਆ ਪਰ ਵਾਟਰ ਪਾਰਕ ਵੱਲ ਜਿੰਨਾ ਮਜ਼ਾ ਨਹੀਂ ਆਇਆ ਆਪਾਂ ਵਾਟਰ ਪਾਰਕ ਚੱਲਾਂਗੇ ਉੱਥੇ ਚੱਲ ਮਾਰਕ ਰਾਈਡਸ ਹੁੰਦੀਆਂ ਨਾ ਉਹ ਤੋਤਾ ਉਹ ਦੇ ਓਕੇ ਕਿਸੇ ਲੱਗੇ ਸਕੂਲ ਦੇ ਆਹ ਉੱਥੇ ਲੱਗੇ ਹੀ ਆ ਸਾਡੇ ਏਮਸ ਵੀ ਲੱਗੇ ਸੀ ਆਹੋ ਪਰ ਚੱਲਦੇ ਨਹੀਂ ਬਿਆਸ ਲੱਗੀ ਰਹੀ ਕੱਪੜੇ ਚੱਕ ਕਰੇਗਾ ਨਾ ਵੇ 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 ਨਾ
ਕੱਪੜੇ ਚੈੱਕ ਕਰਦਾ ਪੈਣਾ।